सब्सक्राइब कीजिए गोल्डन पिक्चर्स को, बेल आइकॉन का बटन जरूर दबाइए लेटेस्ट वीडियो देखने के लिए। सामने दूजी साइड खंजरवाल एन पटाके पड़े, पहला सेमी चल पाया। शिवाज बुरिया सत्ता इधर उधर, गोपा मान देसी जट खंजरवाल च ਵੀਰ ਵਜਰੋਈ ਉਹ ਭੱਲੇ ਨਾਮਿਆ ਖੰਡ ਵਰਗਾ ਵੀਰ ਬਣ ਗਿਆ। ਵੀਰ ਵਜਰੋਈ ਜਗਪਾਲ ਬਾਈ ਹੈਪੀ ਨਿਊ ਈਅਰ ਬਾਈ ਜਗਪਾਲ ਖੰਗੂੜਾ USA ਖੰਗੂੜਾ ਸਾਹਿਬ ਵੈਲਕਮ ਸੇਮ ਟੂ ਯੂ ਹੈਪੀ ਨਿਊ ਈਅਰ ਹੈਪੀ ਨਿਊ ਈਅਰ ਬਾਈ ਜਗਪਾਲ ਖੰਗੂੜਾ ਚੰਨੀ ਬਾਈ USA ਹਾਂਜੀ ਹਾਂਜੀ ਅਰਸ਼ਦ ਲਾਹੌਰੀ ਪੰਕਜ ਦੋਰੀ ਦੇਵਿੰਦਰ ਗੁੰਦਾਰਾ ਵਧੀਆ ਵਧੀਆ ਬਾਈ ਸਾਰੇ ਭਰਾਵਾਂ ਧੰਨਵਾਦ। ਜਗਪਾਲ ਬਾਈ ਕੀ ਹਾਲ ਚਾਲ ਗੁਰਲਾਲ ਚਹਿਲ ਵਧੀਆ ਵਧੀਆ ਗੁਰਲਾਲ ਹਾਂਜੀ ਹਾਂਜੀ ਵੀਰੇ ਸਾਰੇ ਭਰਾਵਾਂ ਧੰਨਵਾਦ। ਓਏ ਓ ਨਾਮੇ ਗਾਲ ਨਾ ਕੱਢੋ ਨਾ ਭਰਾ ਆਪਣੇ ਗਲਤ ਨਾ ਬੋਲ। ਅੰਕਿਤ ਵਧੀਆ ਵਧੀਆ ਵੀਰੇ ਤਰਸ ਗੱਲ ਪੁਆਇੰਟ ਲੱਗ ਗਿਆ ਵੀਰੇ ਕੈਲਬਰ ਦਾ ਪੰਕਜ ਸੋਰੀ ਇੱਥੇ ਰੱਖ ਉਧਰ ਸੋਨੀ ਸਾਡਾ ਯਾਰ ਪੂਰਬੇ ਵਾਲਾ ਆਇਆ ਹੋਇਆ ਖੱਬੀ ਸਾਈਡ ਤੇ ਚੜ੍ਹਦੀ ਬਾਲ ਇਧਰ ਸ਼ਿਵਾਜ ਵਰਗੇ ਦੇ ਲਵ ਯੂ ਲਵ ਯੂ ਅੰਕਿਤ ਰਾਜ ਨਜ਼ਾਰੇ ਵੀਰੇ ਦੋਵੇਂ ਟੀਮਾਂ ਸਮਰ ਬਾਅਦ ਦੇ ਵਿੱਚ ਕਾਫੀ ਸਕੂਟਰ ਸਨਮਾਨ ਵਿੱਚ ਵੀ ਮਿਲੇ ਖਿਡਾਰੀਆਂ ਨੇ ਜਿੱਤੇ ਵੀ ਹੈ ਪਰ ਰਿਕਾਰਡ ਕਹਿੰਦੇ ਨਾ ਬੋਲਦੇ ਆ ਮੁੰਡੇ ਦੇ ਇੱਧਰ ਤਫਾਨ ਦੇ ਵੀ ਮਾਣ ਕਦੇ ਬੋਲਟਾਂ ਦੇ ਨਾਲ ਹੋ ਰਿਹਾ ਵੱਡਾ ਮਾਣ ਕਰਦੇ ਹੈ ਅਮਨ ਸਰਪੰਚ ਵਰਗੇ ਦੀਪ ਜਲੰਦੇ ਵਰਗੇ ਜੀਤ ਵਧੀਆ ਵਧੀਆ ਜੀਤ ਬਾਈ ਜੋਤ ਕੈਲਵਰ ਜੋਤ ਕਿਵੇਂ ਯਾਰ ਕਿਆ ਮੈਚ ਆ ਯਾਰ ਸੁਪਰ ਮੈਚ ਸਹੀ ਗੱਲ ਹੈ ਐਨ ਬਾਲ ਐਨ ਬਾਲ
ਮੋਂਟੀ ਜਦੋਂ ਨੰਬਰਾਂ ਦੀ ਮਸ਼ੀਨ ਕਹਿੰਦੀ ਹੈ ਦੁਨੀਆ ਲਈ ਪਿੰਦਰਾ ਜੋ ਪੰਜ ਨੰਬਰ ਜੋੜਦਾ ਹੱਦ ਤੋਂ ਲੈ ਕੇ ਸਾਰੇ ਮੈਚ ਦੇ ਵਿੱਚ ਤੇ ਪਿੰਦਰ ਦਾ ਵੀ ਮਾਣ 5 ਫੁੱਟ ਦੇ ਕੱਪ ਦੇ ਨਾਲ ਆਉਣਾ ਹੈ ਹਰਸ਼ ਕੁਮਾਰ ਨਹੀਂ ਕੱਟਿਆ ਨੀ ਵੀਰੇ ਲਾਈਵ ਮੈਂ ਚੱਲ ਚੱਲਣ ਦੇ ਆਈ ਉੱਡਣ ਦੇ ਡੋਰੀਏ ਨਜ਼ਾਰੇ ਆਈ ਜਾਂਦੇ ਹੈਗੇ ਕਾਹਨੂੰ ਕੱਟਣਾ ਵਧੀਆ ਚੱਲੀ ਜਾਂਦਾ ਉੱਕੇ ਰਿਪੋਰਟਾਂ ਜਮਾਂ ਆਹ ਵੀ ਮੁੰਡਾ ਸਰਕਾਰੀ ਡਾਕਟਰ ਲੱਗਿਆ ਹੋਇਆ ਪ੍ਰਮੇਲ ਕੈਲ ਪ੍ਰੀਆ ਅਮਰਿਤ ਬਨਿਆਰੀ ਦੋ ਦੋ ਪੁਆਇੰਟ ਦੋਵੇਂ ਟੀਮਾਂ ਦੇ ਦੋ ਨੰਬਰ ਹੈ ਕਹਿੰਦੇ ਬਾਣੀਏ ਦੇ ਕਲਮ ਜਦੋਂ ਚੱਲਦੀ ਹੈ ਇਹ ਇਹਨ ਗੱਲਾਂ ਵੱਖਰੀਆਂ ਕਰ ਦਿੰਦੀ ਹੈ ਨੰਬਰ 2 ਹੋਇਆ ਖੇਡ ਮੈਦਾਨ ਦੇ ਵਿੱਚ ਹੋਏ ਧੰਨ ਗੱਭਰੂ ਜੇ ਐਨ ਬਾਲ ਐਨ ਬਾਲ ਬਾਗ ਵੇਖ ਕਿਵੇਂ ਵਸੀਮ ਅਕਰਮ ਵਧੀਆ ਵਸੀਮ ਕਹੇ ਬੁੱਟਾ ਨਸ਼ਿਆਂ ਦੇ ਲੱਤ ਕਰਕੇ ਭੁੱਲ ਕੇ ਵੀ ਲਾਉਣੀ ਨਾ ਯਸ ਲਵ ਯੂ ਲਵ ਯੂ ਵੀਰੇ ਯਸ ਸਰੋਹਾ ਮਾਰ ਆਉਣੀ ਨਾ ਬੱਲਾ ਮਾਰ ਲੈ ਜਵਾਨਾ ਜਵਾਨੀ ਦੀ ਬਹਾਰ ਜਵਾਨੀ ਦਾ ਨਿੱਕ ਉਹ ਬੱਲੇ ਹੈਪੀ ਗੋਲੂ ਸੱਦਿਆ ਪਿਆ ਉਹਨਾਂ ਨੇ ਗੋਲੂ ਸੱਦਿਆ ਕੈਲ ਪ੍ਰੀਆ ਕਾਲੇ ਨੇ ਬਾਲ ਮਾਰੀ ਨਾਮੇ ਦੇ ਕੈਂਡ ਤੂਫਾਨ ਨੇ ਬਰਾਬਰ ਦੀ ਭਾਜੀ ਮੋੜਤੀ ਹੈ ਪੰਜਾਬੀ ਬੜਾ ਸਮਾਂ ਭਾਜੀ ਨਹੀਂ ਰੱਖਦੇ ਉਹ ਸਮੇਂ ਨਾਲ ਮੋੜ ਦਿੰਦੇ ਹੈ ਬੱਲੇ ਵਾਲਿਆ ਕੱਪ ਲੱਗਿਆ ਹੋਇਆ 5 ਬਾਲਾਂ ਦੀ ਗੱਲ ਹੈ ਖੇਡ ਮੈਦਾਨ ਦੇ ਵਿੱਚ ਦੁਨੀਆਂ ਦਾ ਵੱਡਾ ਮਨਪ੍ਰੀਤ ਰੰਧਾਵਾ ਵਧੀਆ ਮਨਪ੍ਰੀਤ ਹਰਭਜਨ ਸਿੰਘ ਪਰ ਮਾਤਾ ਕਹਿੰਦੇ ਭਜਨਾ ਭਜਨਾ ਕਹਿੰਦੀ ਹੈ ਬਈ ਅੱਜ ਲਾਸਟ ਦਿਨ ਹੈ ਨਾ ਕਿਆ ਸੁਣਿਆ ਮਾਫ ਕਰਿਓ ਪਰ ਨਾ ਪਹਿਚਾਨ ਜਿਹੜੀ ਆਪ ਨੂੰ ਬਣਾਉਣੀ ਪੈਂਦੀ ਹੈ ਨਵੇਂ ਸਾਲ ਦੀਆਂ ਮੁਬਾਰਕਾਂ ਨਾਮ ਦੇ ਨਾਲ ਮੁੰਡੇ ਦੀ ਪਹਿਚਾਨ ਪੂਰੀ ਦੁਨੀਆ ਦੇ ਵਿੱਚ ਬਣੀ ਹੋਈ ਹੈ ਮੁਕਾਬਲਾ ਬਿਲਕੁਲ ਬਿਲਕੁਲ ਮੁੰਟੀ ਇਹ ਗੱਲ ਤਾਂ ਹੈਗੀ ਹੈ ਅੱਜ ਖੰਜਰਾਲ ਚ ਗੋਪਾਮਨ ਕੈਲਪੁਰ ਚ ਸੱਤਾ ਚ ਬਾਜਪਰੀਆ ਕੈਲਪੁਰੀਆਂ ਦੇ ਗੁਰਦੀਪ ਸਿੰਘ ਹਰਜੋਤ ਬਾੜ ਦੇਖੀ ਜਾਂਦੇ ਹੈ ਹਰਿਆਣੇ ਵਾਲੇ ਵੀ ਕਹਿੰਦੇ ਬੜੇ ਫੈਨ ਹੈ ਕੈਲਪੁਰੀਏ ਨਾਮੇ ਦੇ ਗੱਲਾਂ ਵੱਖਰੀਆਂ ਹੋਈਆਂ ਪਈਆਂ ਕਹਿੰਦੇ ਸੱਪ ਦੀ ਸਰੀ ਤੋਂ ਨੋਟ ਚੱਕਣੇ ਉਹ ਖਿਣੀ ਬਾਲੀਵਾਲ ਖੇਡਣੀ ਕਹਿੰਦੇ ਸੱਪ ਦੀ ਸਰੀ ਤੋਂ ਨੋਟ ਚੱਕਣੇ ਆਹ ਗੋਲ ਹੈ ਕੈਲਪੁਰੀਆ ਖੇਡ ਮੈਦਾਨ ਦੇ ਵਿੱਚ ਉਹ ਖੰਡਾ ਫਲ ਖੜਕਦਾ ਮਨਪ੍ਰੀਤ ਰੰਧਾਵਾ ਹਾਂਜੀ ਵੀਰੇ ਦੋ ਤਿੰਨ ਦੋ ਆਈ ਖੰਜਰਾਵਾਲ ਦੇ ਤਿੰਨ ਕੈਲਪਰ ਦੇ ਤਿੰਨ ਕੈਲਪਰ ਦੇ ਹੈਪੀ ਨਿਊ ਈਅਰ ਹੈਪੀ ਨਿਊ ਈਅਰ ਮਨਪ੍ਰੀਤ ਕੈਲਪੁਰ ਸੋਹਣਾ ਖਿਡਾਰੀ ਗੁਰਦੀਪ ਦਾ ਪਿੰਡ ਹੈ ਕੈਲਪੁਰ ਹਰਮਨ ਦਾ ਪਿੰਡ ਹੈ ਜੂਏ ਸਰਿੰਦੇ ਪੱਕੇ ਤੌਰ ਤੇ ਉਹ ਸਾਡੇ ਯਾਰਾਂ ਦਾ ਪਿੰਡ ਹੈ ਕੈਲਪੁਰ ਦੀ ਧਰਤੀ ਮਹਾਨ ਖਿਡਾਰੀਆਂ ਦਾ ਪਿੰਡ ਹੈ ਜੋਤ ਕੈਲਪੁਰ ਦਾ ਪਿੰਡ ਹੈ ਜੋਤ ਹਰਮਨ ਹੋਰੀ ਗੁਰਦੀਪ ਹੋਰੀ ਸਾਰਿਆਂ ਦਾ ਧੰਨਵਾਦ ਮੈਚਾਂ ਦੇ ਵਿੱਚ ਮੁੰਡਾ ਬਾਣੀਆਂ ਦਾ ਟਕਰਾਸ ਇੰਦਰ ਦਾਦੂ ਵਧੀਆ ਇੰਦਰ ਸੈਂਟਰ ਚ ਵੀਰੇ ਉਧਰ ਗੋਪਾ ਮਾਨ ਸੈਂਟਰ ਚ ਬੱਡੀ ਖੇਡ ਕਲੱਬ ਦੇ ਵੱਡੇ ਖਿਡਾਰੀ ਦੇ ਨਾਲ ਵਾਸੀਆਂ ਵਾਲੇ ਮਣੀ ਦੇ ਨਾਲ ਹੈ ਮੁੰਡੇ ਦੇ ਉਹ ਤਪੜਾ ਮੈਂ ਆ ਸੱਤੀ ਕੈਲ ਪਰਿਆ ਵਾ ਮੁੰਡਿਆ ਸਾਡੇ ਬਾਂਦਰਾ ਵਾਲੇ ਸੱਤੀ ਗੁਰਜੋਤ ਕੈਲ ਵਧੀਆ ਵਧੀਆ ਗੁਰਜੋਤ ਮੈਦਾਨਾਂ ਦੇ ਵਿੱਚ ਪਰ ਕੈਲ ਪਰਿਆ ਸੱਤੀ ਵੀ ਜੋਤ ਕੈਲ ਪਰ ਖਿਡਾਰੀ ਹੈ ਨਾਮਾ ਕੈਲ ਪ੍ਰੀਆ ਜੋਤ ਸ਼ੇਅਰ ਨਹੀਂ ਕਰਦਾ ਯਾਰ ਤੂੰ ਮਾੜੀ ਗੱਲ ਹੈ ਤੇਰੀ ਨਿਖਲ ਡਾਕਰ ਵਧੀਆ ਵਧੀਆ ਨਿਖਲ ਓ ਬੱਲੇ ਗੋਲੂ ਆ ਹੈਪੀ ਹੈ ਸਰਦਾਰ ਨਾ ਫੜ ਕਮਲੀ ਉਧਰ ਗੋਪਾਮਾਨ ਹਉ ਸਿੰਘ ਮਾਨ ਸੰਗਾ ਮਠਾੜੂ ਕਾਜਾ ਨੂੰ
ਨਹੀਂ ਯਾਰ ਜਤਿੰਦਰ ਗਿੱਲ ਗਿੱਲਾਂ ਦਾ ਅਗਲਾ ਮੈਚ ਹੈ ਜਤਿੰਦਰ ਬਾਈ ਖੁਸ਼ਵੰਤ ਰਿਹਾਨ ਕੰਬੋਜ ਅਗਲਾ ਮੈਚ ਹੈ ਗਿੱਲਾਂ ਦਾ ਜਤਿੰਦਰ ਬਾਈ ਸਪਾਰ ਬਾਂਗਰ ਵਾਲੇ ਭਰਾ ਸਾਡੇ ਵਿੱਕੀ ਹੋਰੀ ਜਤਿੰਦਰ ਹੋਰੀ ਲਾਈਵ ਹੈ ਬਹੁਤ ਧੰਨਵਾਦ ਤਜਿੰਦਰ ਧਾਲੀਵਾਲ ਹੈਪੀ ਨਿਊ ਈਅਰ ਤਜਿੰਦਰ ਧਾਲੀਵਾਲ ਬਾਈ ਸਾਰੇ ਭਰਾਵਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਅਰਮਾਨ ਮਾਨ ਹਾਂਜੀ ਹਾਂਜੀ ਵੀਰੇ ਗਿੱਲਾਂ ਦਾ ਅਗਲਾ ਮੈਚ ਸਕੋਰ ਦੱਸ ਦਿਆਂ ਵੀਰੇ ਇੱਕ ਮਿੰਟ ਵੇਟ ਕਰਿਓ ਮਾੜਾ ਜਿਹਾ ਸੋਨੇ ਜੀਵਨ ਮਾਨ ਹਾਂਜੀ ਹਾਂਜੀ ਵੀਰੇ ਬਿਲਕੁਲ ਬਿਲਕੁਲ ਬਾਬਾ ਮੇਹਰ ਰੱਖੇ ਸਾਰੇ ਭਰਾਵਾਂ ਤੇ ਬਾਬਾ ਮੇਹਰ ਰੱਖੇ ਹਮੇਸ਼ਾ ਚੜ੍ਹਦੀ ਕਲਾ ਚ ਰਹੋ ਬਾਈ ਸਾਰੇ ਜਣੇ ਸਿੱਧੂ ਨਿੱਕੂ ਵਧੀਆ ਵਧੀਆ ਵੀਰੇ ਨਿਖਲ ਡਾਕਰ ਗੋਪਾ ਮਾਨ ਨਾਮੇ ਦੀ ਪਿੰਜੜੀ ਡੇਢੀ ਕਰਤੀ ਹੈਗੀ ਮਾਰ ਕੇ ਵਿੰਗੀ ਕਰਤੀ ਆ ਬੱਲੋ ਵਾਲੇ ਨੇ ਵਧੀਆ ਵਧੀਆ ਵੀਰੇ ਉਧਰ ਬੱਲੋ ਵਾਲਾ ਜੱਟ ਮੀਤ ਬਜਨੋਈ ਹਾਂਜੀ ਹਾਂਜੀ ਵੀਰੇ ਵੱਡਾ ਧੰਨਵਾਦ ਹੈ ਸਾਡੇ ਵੀਰਾਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਹੋਰ ਵੀ ਧਰਤੀਆਂ ਵਾਸੇ ਹੋ ਸੱਤਿਆ ਜਿੱਤ ਹਾਰ ਇੱਕ ਉਹ ਬੱਲੇ ਬਾਣੀਆਂ ਨਾ ਸੁੱਕਾ ਜਾਵੇ ਉਹ ਬਾਲ ਬਾਣੀ ਤੇ ਲੱਗਣੀ ਚਾਹੀਦੀ ਹੈ ਲੱਗੇ ਨਾ ਨਿਸ਼ਾਨਾ ਸਾਹ ਰੋਕੇ ਤੋਂ ਬਿਨਾ ਚੋਰ ਚੋਰੀ ਕਰਦਾ ਨੀ ਮੌਕੇ ਤੋਂ ਬਿਨਾ ਓਏ ਸੋਹਣੀ ਲੱਗੇ ਕੋਕੇ ਤੋਂ ਬਿਨਾ ਗੁਰਦੀਪ ਹਾਂਜੀ ਹਾਂਜੀ ਵੀਰੇ ਸ਼ਾਲੂ ਨਹੀਂ ਆਇਆ ਬਾਈ ਨਹੀਂ ਆਇਆ ਨਿਕਲ ਡਾਕਰ ਬਾੜੀ ਵਰਗੇ ਨਹੀਂ ਆਏ ਬਾਈ ਨਿਸ਼ਾਨਾ ਸਾਹ ਰੋਕੇ ਤੋਂ ਬਿਨਾ ਐ ਨਿਸ਼ਾਨੇ ਹੁਣ ਸਾਹ ਰੋਕ ਰੋਕ ਕੇ ਲੱਗ ਰਹੇ ਹੈ ਤੂਫਾਨ ਫੇਰ ਤਿਆਰ ਹੈ ਲਈ ਬਾਣੀਆਂ ਬਚ ਕੇ ਰਹੀ ਉਹ ਪਛਾਣ ਦੀ ਅੱਖ ਤੇਰੇ ਤੇ ਹੈ ਉਹ ਬਾਣੀਆਂ ਬਚ ਕੇ ਰਹੀ ਮੈਂ ਤੇ ਪਹਿਲਾਂ ਦੱਸਿਆ ਵੀ ਜੱਟ ਬੜੇ ਭੈੜੇ ਹੁੰਦੇ ਆ ਇੱਕ ਪਾਸੇ ਬਾਣੀਆਂ ਉਹ ਗੱਡੀ ਖੰਡਰ ਵਾਲੀ ਆ ਖੇਡ ਮੈਦਾਨ ਦੇ ਵਿੱਚ ਕਮਾਲ ਹੋਈ ਪਈ ਹੈ ਸਾਧ ਬਰਾੜ ਹਾਂਜੀ ਹਾਂਜੀ ਵੀਰੇ ਪਈ ਹੈ ਪਰ ਬੱਲੇ ਵਾਲੇ ਦਾ ਕਦੇ ਤਜਰਬਾ ਬੋਲਦਾ ਸਾਨੂੰ ਬੋਲਣ ਦੀ ਲੋੜ ਕੋਈ ਨਾ ਸਾਡੇ ਬੱਲੇ ਆ ਰਿਕਾਰਡ ਬੋਲਦੇ ਬਿਲਕੁਲ 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 ਉਸਤਾਦ ਬਰਾੜ ਹੋਏ ਕੈਰ ਬੁਰਗੇ ਰਿਕਾਰਡ ਪੈਦਾ ਕੀਤੇ ਹੋਏ ਆ ਇੱਧਰ ਤਖਾਨ ਦੇ ਰਿਕਾਰਡ ਹੈ ਇੱਕ ਬੋਟ ਮੋਟਰਸਾਈਕਲ ਮਿਲਿਆ ਸਨਮਾਨ ਦੇ ਵਿੱਚ ਇੱਕ ਮੋਟਰਸਾਈਕਲ ਦਿੱਤਾ ਜਗਪਾਲ ਖੰਡੇ ਵਰਗਿਆਂ ਨੇ ਸਨਮਾਨ ਦੇ ਵਿੱਚ ਇੱਕ ਸਕੂਟਰ ਮੁੰਡੇ ਨੇ ਦਿੱਤਾ ਹੈ ਇੱਕ ਝਨੇਰਾਂ ਦੇ ਵਿੱਚ ਸਨਮਾਨ ਦੇ ਵਿੱਚ ਮਿਲਿਆ ਇੰਡੀਆ ਦਾ ਜੇਤੂ ਖਿਡਾਰੀ ਸਾਈਕਲਾਂ ਦਾ ਮਸ਼ੀਨਾਂ ਦਾ ਉਹ ਸੱਤਾ ਵੀ ਜੇ ਵਿਸ਼ਟਾਂ ਦੀ ਲਾਈਨ ਦੇ ਵਿੱਚ ਦੇਖੀਏ ਰਮਨ ਗੈਲਾ ਸਕੋਰ ਤੇ ਬੱਲੇ ਵਾਲੇ ਗੋਪੇ ਦਾ ਜਸ਼ਨ ਤੇ ਦੁਨੀਆ ਦੇ ਵੱਡੇ ਮਹਾਰਥੀਆਂ ਚਾਰ 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 ਆ ਜੀ ਚਾਰ ਚਾਰ ਦੋਵੇਂ ਟੀਮਾਂ ਦਾ ਸਕੋਰ ਹੋਰੀ ਚੀਰੇ ਤੇ ਗੱਲ ਸਮੇਂ ਦੀ ਹੈ ਉਹ ਦੋ ਹੋ ਗਈਆਂ ਬੱਲੇ ਵਾਲਾ ਤਿੰਨ ਹੋ ਗਈਆਂ ਪੰਜਾਂ ਦੇ ਕੱਪ ਹੈ
ਰਮਨ ਸੇਠੀ ਵਧੀਆ ਵਧੀਆ, ਸੋਨਾ ਧਾਲੀਵਾਲ ਕ੍ਰਿਸ਼ਨ ਕੰਬੋਜ ਵਧੀਆ ਵਧੀਆ ਕ੍ਰਿਸ਼ਨ ਓਏ ਪੰਜ ਚਾਰ ਪੰਜ ਹੋ ਗਏ ਕੈਲਪਰ ਦੇ ਪੰਜ ਚਾਰ ਗੱਲ ਤੇ ਫਿਰੋਜ਼ਾ ਬੀ ਨੈਕਸਟ ਮੈਚ ਕੌਣ ਵੀਰੇ ਜਿੰਨੀਆਂ ਬਾਲਾਂ ਮਾਰਦਾ ਉਹ ਬੱਲੇ, ਕੌਣ ਜਿੰਨੀਆਂ ਬਾਲਾਂ ਮਾਰਦਾ ਵੀਰੇ 200 ਬਈ ਤਾਂ ਕਹ ਕਿਹਦੇ ਵੱਲੋਂ ਕਿਹਨੂੰ ਬੱਲੇ ਬੱਲੇ ਇੱਧਰ ਕਾਲਾ ਰੋਟੀ ਤਾਂ ਖਾਵਾ ਜੇ ਕਾਲਾ ਖਾਵੇ ਨਾਲ ਗੋਰਿਆਂ ਨੂੰ ਗੱਫਾ ਕਰੇ ਉਹ ਮੇਰਾ ਕਾਲਾ ਸੀ ਯਾਰ ਉਹ ਬੱਲੇ ਗੋਲੂ ਉਹ ਗੋਲੂ ਸਾਹਮਣੇ ਪਹਿਲ ਪਰੀਆ ਖੇਡ ਮੈਦਾਨ ਦੇ ਵਿੱਚ ਬਾਲ ਮਾਰ ਗਿਆ ਸ਼ਿਵਾਜ ਬੁਰਗੇ ਦੇ ਮੁੰਡਾ ਬਾਣੀਆਂ ਦਾ ਰਣਜੀਤ ਦਾ ਅਗਲਾ ਮੈਚ ਆ ਬਈ ਬਾਲ ਲਾ ਗਿਆ ਖੜ ਖੜ ਬੇਬੇ ਲੋਕੀ ਸਾਨ ਜੱਟ ਨੂੰ ਚੰਟੂ ਸ਼ਰਮਾ ਚਾਰ ਪੰਜ ਉਧਰ ਚਾਰ ਇਧਰ ਪੰਜ ਚਾਰ ਖੰਜਰਾਲ ਦੇ ਪੰਜ ਕੈਰਬਰ ਦੇ ਚਾਰ ਤੇ ਪੰਜ ਨੰਬਰ ਤੂਫਾਨ ਆਏ ਹਾਏ ਹਾਏ ਪਿੰਦਾ ਸਰਾਂ ਵਧੀਆ ਵਧੀਆ ਗੁਰਦੀਪ ਸੰਧੂ ਭਾਈ ਰੂਪਾ ਅੰਮ੍ਰਿਤ ਢਿੱਲੋਂ ਸਗਲਾਦੀ ਵਾਲੇ ਅੰਮ੍ਰਿਤੋਰੀ ਲਾਈਵ ਹੈ ਬਹੁਤ ਧੰਨਵਾਦ ਅੰਮ੍ਰਿਤ ਜਸਪ੍ਰੀਤ USA ਗੁਰਤੇਜ ਅੜਵਾਲ ਅਨਮੋਲ ਪ੍ਰੀਤ ਚੈਲ ਗੁਰਤੇਜ ਜਗਦੇਵ ਜਤਿੰਦਰ ਗੱਲ ਬਾਈ ਕੈਮਰਾ ਸੈਂਟਰ ਵਿੱਚ ਕਰ ਲਓ ਜੀ ਕੈਮਰਾ ਸੈਂਟਰ ਜਾ ਜੀ ਜਤਿੰਦਰ ਬਾਈ ਜੀ ਸੈਂਟਰ ਜਾ ਜਤਿੰਦਰ ਵੀਰੇ ਕੈਮਰਾ ਓਏ ਸੈਂਟਰ ਜਾ ਕੈਮਰਾ ਬਾਈ ਕਰਤਾ ਸੀਗਾ ਸੈਂਟਰ ਚ ਆਪਣਾ ਕੈਮਰਾ ਹੋ ਗਿਆ ਸੀ ਕੰਮ ਸਿੱਧੂ ਨਹੀਂ ਆਇਆ ਨਹੀਂ ਆਇਆ ਵੀਰੇ ਭੰਡਿਆਰੀ ਵਾਲੀਆਂ ਦੋਵੇਂ ਟੀਮਾਂ ਨਹੀਂ ਆਈਆਂ ਸਿੱਧੂ ਵਰਗੇ ਨਹੀਂ ਆਏ ਬਈ ਮਿਰਾਵ ਹਰਵਿੰਦਰ ਵਧੀਆ ਵਧੀਆ ਮਿਰਾਵ ਹਰਵਿੰਦਰ ਜਤਿੰਦਰ ਬਾਈ ਸਹੀ ਚੱਲੀ ਜਾਂਦਾ ਲਾਈਵ
ਲਾਈਵ ਸੈਟ ਹੈ ਮਿੱਤਰੋ ਮਨਪ੍ਰੀਤ ਰੰਧਾਵਾ ਹਰਮਨ ਵਧੀਆ ਵਧੀਆ ਵੀਰੇ ਰਮਨ ਕੰਬੋਜ ਅਨਮੋਲ ਪ੍ਰੀਤ ਚਹਿਲ ਰਾਜੂ ਵਰਗੇ ਪੈਦਾ ਕੀਤੇ ਹੈ ਪਰ ਹਲੇ ਫੌਲ ਨੀ ਇੱਕ ਇੱਕ ਨੰਬਰ ਵੀ ਐਨ ਕਿਸੇ ਗੱਲ ਦੇ ਨਾਲ ਹੀ ਲੱਗਣਾ ਹੈ ਇੱਕ ਇੱਕ ਨੰਬਰ ਵੀ ਕਹਿੰਦੇ ਬੜਾ ਕੀਮਤੀ ਹੈ ਉਹ ਗੱਡੀ ਖੰਜਰ ਵਾਲੀ ਆ ਇੱਧਰ ਬੁੱਕੀ ਹੈ ਬੁੱਕੀ ਵੀ ਕਹਿੰਦੇ ਰਤਨਗੜ੍ਹ ਦੇ ਖੇਡ ਮੇਲੇ ਦਾ ਵਾਸ਼ਿੰਗ ਮਸ਼ੀਨ ਦਾ ਜਿੱਤ ਰਿਹਾ ਇੱਕ ਸਾਲ ਪਵਨ ਗਰੇਵਾਲ ਦਾ ਪਿੰਡ ਹੈ ਸਾਡੇ ਯਾਰ ਦਾ ਕਨੇਡਾ ਜਾ ਵਸਿਆ ਹੈ ਰਿਸ਼ਤੇ ਦਾ ਪਿੰਡ ਹੈ ਪਵਨ ਵਰਗੇ ਬਹੁਤ ਪਿਆਰੇ ਵੀਰ ਹੈ ਓਕੇ ਓਕੇ ਜਤਿੰਦਰ ਬਾਈ HS ਹੈਰੀ ਰੋਸ਼ਾ ਬੀ ਦਾ ਮੈਚ ਇਸ ਤੋਂ ਅਗਲਾ ਸੁਖੁੰਜਨ ਓਕੇ ਸੁਖ ਇੱਕ ਨੰਬਰ ਸਿਕਸ ਫਾਈਵ ਉੱਧਰ ਹੁਣ ਛੇ ਖੰਜਰਾਲ ਦੇ ਪੰਜ ਗੈਲਪੁਰ ਦੇ ਸਿਕਸ ਫਾਈਵ ਛੇ ਪੰਜ ਅਨੋਖ ਕੀ ਹਾਲ ਹੈ ਖੰਜਰ ਵਾਲੀਓ ਵਧੀਆ ਵਧੀਆ ਅਨੋਖ ਚੱਟੂ ਸ਼ਰਮਾ ਹਰਪ੍ਰੀਤ ਮਨਪ੍ਰੀਤ ਓ ਭੱਲੇ ਦਹੇੜੂ ਕਾਪੈਨ ਸੁਪਰ ਮੈਚ ਚੱਲ ਰਹੇ ਆ ਬਈ ਟੌਪ ਦਾ ਟੂਰਨਾਮੈਂਟ ਦਹੇੜੂ ਪਹਿਲਾ ਪ੍ਰਾਈਜ 21,000 ਦੂਜਾ 15,000 ਤੀਜਾ ਚੌਥਾ 4,000 ਤਿੰਨ ਬੈਸਟ ਖਿਡਾਰੀਆਂ ਨੂੰ 2,000 ਰੁਪਿਆ ਬਈ ਇਹ ਆ ਦਹੇੜੂ ਵਾਲਿਆਂ ਦਾ ਕੱਪ ਸਵਰਗਵਾਸੀ ਨਰਿੰਦਰ ਸਿੰਘ ਨਿੰਦੀ ਦੀ ਯਾਦ ਨੂੰ ਸਮਰਪਿਤ ਖੰਨੇ ਏਰਗੇ ਦਾ ਦਰਾਹੇ ਏਰਗੇ ਦਾ ਸੁਪਰ ਕੱਪ ਗੱਤੇ ਜੜਵਾਲ ਵਧੀਆ ਵਧੀਆ ਵੀਰੇ ਵਧੀਆ ਪੁਆਇੰਟ ਛੇ ਛੇ ਬਰਾਬਰ ਪੁਆਇੰਟ ਵੀਰੇ ਸਿਕਸ ਈਚ ਬਰਾਬਰੀ ਦੇ ਮੈਚ ਹਰ 17 ਦਾ ਕਿ 19 ਦਾ ਜਸ਼ਨ 17 ਦਾ ਕਿ 19 ਦਾ 19 ਦਾ 19 ਦਾ 19 ਨੰਬਰਾਂ ਦਾ ਗੇਮ ਆ ਬਾਈ ਪੁਆਇੰਟ ਲੱਗ ਗਿਆ ਵੀਰੇ ਕੈਲਪਰ ਦਾ ਮੋਰ ਮਲਕੇ ਵਧੀਆ ਵਧੀਆ ਬਾਈ ਵਿਸ਼ੇਸ਼ ਸਿੱਧੂ ਵਧੀਆ ਵਿਸ਼ੇਸ਼ ਕੀ ਹਾਲ ਆ ਵੀਰ ਉੱਧਰ ਕੋਟ ਭਾਈ ਵਾਲੇ ਯਾਰ ਸਾਡੇ ਲਾਈਵ ਆ ਬਹੁਤ ਧੰਨਵਾਦ ਵਿਸ਼ੇਸ਼ ਹੋਰੀ ਗਗਨ ਵਧੀਆ ਵਧੀਆ ਚੁੱਕਾ ਕੀ ਹਾਲ ਹੈ ਗਗਨ ਚੁੱਕਾ ਬਾਈ ਪੰਜਾਬੀ ਬੋਲਣ ਦਾ ਕਰਦੇ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਹੋਰ ਵੀ ਤਰੱਕੀਆਂ ਬਖਸ਼ੇ
ਗੱਲ ਸੱਚੀ ਸੱਚਿਆ ਨਹੀਂ ਪੱਟ ਕੇ ਬਹੀਏ ਰੱਜ ਕੇ ਖਾਈਏ, ਥੋੜਾ ਖਾ ਵੀ ਖਰਚ ਲਈਏ, ਬਾਕੀ ਦਾਲ ਪੰਨ ਤੇ ਲਾਈਏ, ਦੇ ਸੁਕਰੇ ਨਾ ਹੋਈਏ, ਕਿਸੇ ਦੀ ਯਾਰ ਮਾਰ ਨਾ ਕਰੀਏ, ਹਰ ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਸਾ ਕਰੀਏ, ਰੋਟੀ ਹੱਕ ਦੀ ਖਾਈਏ ਜੀ। ਔਰ ਬੱਚਾ ਮਾਨ ਜਿਹੜਾ ਆਪਣੀ ਰਵਿੰਦਰ ਕਮੋਜ ਵਧੀਆ ਵਧੀਆ ਰਵਿੰਦਰ ਸਰਦਾਰ ਬਲਵੀਰ ਸਿੰਘ ਜੀ ਅਗਲਾ ਮੈਚ ਗੈਲ ਵਰਸਸ ਫਰੋਸ਼ਾ ਬੀ ਸੈਕਿੰਡ ਸੈਮੀ, ਇਸ ਤੋਂ ਬਾਅਦ ਫੇਰ ਗੱਲਾਂ ਫਾਈਨਲ ਦੀਆਂ ਹੋਣਗੀਆਂ। ਹਰਮਨ ਲਾਈਵ ਤੇ ਕਿੰਨੇ ਜਣੇ, ਲਾਈਵ ਤੇ ਦੇਖਦੇ ਮੁੰਡੇ ਕਿੰਨੇ ਜਣੇ ਆ? ਜਤਿੰਦਰ ਗੱਲ, ਹਾਂਜੀ ਹਾਂਜੀ ਵੀਰੇ, 32 ਚੌਂਹਠ ਹੁੰਦਾ ਵੀਰੇ, 32 ਚੌਂਹਠ ਜਤਿੰਦਰ ਬਾਈ, ਡੀਕੇ ਚੌਹਾਨ, ਗੁਰਜੀਤ ਵਿਰਕ, ਸਾਰੇ ਵੀਰਾਂ ਦਾ ਧੰਨਵਾਦ। ਪੰਜਾਬ ਦੀ ਜਿੰਦ ਜਾਨ ਵਾਲੀ ਵਾਲੀ ਸ਼ੂਟਿੰਗ ਪੇਜ ਤੇ ਜਸਵਿੰਦਰ ਢਿੱਲੋਂ ਵੱਲੋਂ ਹੈਪੀ ਸੰਘਾ, ਵਧੀਆ ਵਧੀਆ ਹੈਪੀ ਰੋਇਲ ਸੱਗੂ, ਵਧੀਆ ਵਧੀਆ ਰੋਇਲ ਵਧੀਆ ਵਧੀਆ ਸਤਵਿੰਦਰ ਬਾਈ, ਸਤਵਿੰਦਰ ਗਰੇਵਾਲ ਕੈਨੇਡਾ ਆ ਜਾਣਾ ਜੱਟ ਨੇ ਹੋਰ ਅਗਲੇ ਮਹੀਨੇ, ਫੇਰ ਵੇਖਿਓ ਲੱਗਦੀ ਰੌਣਕ ਲੁਧਿਆਣੇ ਚ, ਵੱਡੀਆਂ ਰੌਣਕਾਂ ਲੱਗਣੀਆਂ ਟੂਰਨਾਮੈਂਟਾਂ ਦੇ। ਸਤਵਿੰਦਰ ਗਰੇਵਾਲ, ਪ੍ਰਦੀਪ ਮਹਿਰਾ, ਵਧੀਆ ਵਧੀਆ ਪ੍ਰਦੀਪ, ਜਸਪ੍ਰੀਤ ਭੱਲੇ, ਸਤੀਸ਼ ਦੌਰਾ, ਵਧੀਆ ਵਧੀਆ ਦੀਪ ਜਾਖੜ, ਕੈਲਬੁਰ ਦਾ ਦਿਲਪ੍ਰੀਤ ਗਿੱਲ, ਕੈਨੇਡਾ ਵਾਲਾ ਦਿਲਪ੍ਰੀਤ, ਦਿਲਪ੍ਰੀਤ ਲਵ ਯੂ ਬ੍ਰੋ, ਐਨ ਯਾਰ ਵੱਡਾ ਮੋਹ ਪਿਆਰ ਮੁਹੱਬਤ ਦਿੱਤੀ ਆਕਸੀ ਕੱਪ ਤੇ ਦਿਲਪ੍ਰੀਤ ਨੇ, ਹਮੇਸ਼ਾ ਮਾਣ ਰਹੂਗਾ ਦਿਲਪ੍ਰੀਤ ਤੇਰੇ ਤੇ ਯਾਰ, ਲਵ ਯੂ ਬਈ। ਦਿਲਪ੍ਰੀਤ ਗਿੱਲ ਕੈਨੇਡਾ ਭਰਾ ਸਾਡਾ, ਉਹ ਵੀ ਲਾਈਵ ਹੈ ਆਕਸੀ ਵਾਲਾ ਜੱਟ, ਵੱਡੇ ਮਾਣ ਪਿਆਰ ਦਿੱਤੇ ਆਕਸੀ ਕੱਪ ਤੇ ਦਿਲਪ੍ਰੀਤ ਨੇ, ਹਮੇਸ਼ਾ ਯਾਦ ਰਹੂ ਬਈ ਦਿਲਪ੍ਰੀਤ ਗਿੱਲ। ਗੁਰਜੀਤ ਸਿੱਧੂ, ਵਧੀਆ ਵਧੀਆ ਗੁਰਜੀਤ, ਉਹ ਭੱਲੇ ਕਬੀਰ ਸ਼ਰਮਾ, ਵਧੀਆ ਵਧੀਆ ਲਖਵਿੰਦਰ, ਕਬੀਰ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ। ਕ੍ਰਿਸ਼ਨ ਕੰਬੋਜ, ਬਹੁਤ ਧੰਨਵਾਦ ਕ੍ਰਿਸ਼ਨ ਕੰਬੋਜ ਬਾਈ, ਓਕੇ ਓਕੇ ਪ੍ਰੀਤ ਦੰਦੀਵਾਲ, ਇੱਕ ਨੰਬਰ ਕੈਲਪੁਰ ਦੀ ਟੀਮ ਦਾ ਉੱਤੇ ਹੈ, ਬਹੁਤ ਤਕੜਾ ਮੈਚ, ਗੁਰਦੀਪ ਯੂਐਸਏ, ਹਰਮਨ ਸਾਡਾ ਜੀ ਯੂਐਸਏ, ਉਹਨਾਂ ਦੂਜਿਆਂ ਦਾ ਪਿੰਡ ਹੈ, ਐਂਡ ਦੁਨੀਆ ਚੜੀ ਹੋਈ ਹੈ, ਕਹਿੰਦੇ ਆ ਧੜਾਕੇ ਔਰ ਖੇਡਦੇ ਆ ਧਾਕੇ, ਪਰ ਬਾਲ ਫਾਉਲ। ਕਬੀਰ ਸ਼ਰਮਾ, ਹਾਂਜੀ ਹਾਂਜੀ ਵੀਰੇ, ਖਾਤੇ ਹੈ ਔਰ ਕਾਲਾ ਦੇਵੇ ਨੋਟਾ ਬੱਲੇਵਾਲੇ ਨੂੰ, ਕੋਈ ਐਨ ਨਹੀਂ ਗੱਡੀ, ਫਿਰ ਸੱਤ ਸਮੁੰਦਰੋਂ ਪਾਰ ਲੰਘ ਜਾਣੀ ਹੈ, ਇਹ ਗੱਲਾਂ ਬਾਤਾਂ ਕੁਝ ਹੋਰ ਬਣ ਜਾਣੀਆਂ। 7-8 ਦੀ ਟੱਕਰ ਹੈ ਖੇਡ ਮੈਦਾਨ ਵਿੱਚ, ਕਾਲਕ ਦਾ ਮੈਚ ਖੇਡਿਆ ਜਾ ਰਿਹਾ ਹੈ, 7-8 24 ਮਿੰਟ ਦਾ ਸਮਾਂ, ਉਹ ਭੱਲੇ ਸਮਾਂ ਨਹੀਂ ਚੰਗਾ, ਬਹੁਤਾ ਰੋਣਾ ਵੀ ਨਹੀਂ ਚੰਗਾ, ਬਹੁਤਾ ਜਾਗਣਾ ਨਹੀਂ ਚੰਗਾ, ਬਹੁਤਾ ਸਿਖਾਉਣਾ ਵੀ ਨਹੀਂ ਚੰਗਾ, ਮੁੱਠੀ ਬੰਦ ਰਹੇ ਚੰਗੀ, ਖੁੱਲ ਵੀ ਦੁਆੜੇ ਪਾਊਗੀ, ਰੱਖ ਸਾ
ਸ਼ਾਮ ਕੇ ਜਵਾਨੀ ਤੇਰੇ ਕੰਮ ਆਊਗੀ, ਕੰਮ ਆਊਗੀ ਸ਼ਾਮ ਕੇ ਜਵਾਨੀ ਤੇਰੇ ਕੰਮ ਆਊਗੀ। ਹੰਜਰਾਲੀਆ ਬੁੱਢੀ ਵੀ ਬਾਲ ਨਹੀਂ ਲੱਗਣ ਦਿੰਦਾ, ਛੋਟੀ ਉਮਰ ਦਾ ਵੱਡਾ ਖਿਡਾਰੀ ਹੈ ਖੇਡ ਮੈਦਾਨ ਦੇ ਵਿੱਚ। ਇੱਧਰ ਨਾਮੇ ਦਾ ਵੀ ਕਹਿੰਦੇ ਨਾ ਬੋਲਦਾ, ਉਹ ਮੁੰਡਿਆਂ ਦਾ ਇਤਿਹਾਸ ਬੋਲਦਾ। ਹੰਗਰਾਲੀ ਟੀਮ ਵੀ ਲੰਮੇ ਸਮੇਂ ਤੋਂ ਖੇਡਦੀ ਆ ਰਹੀ ਹੈ, ਐਵੇਂ ਨਾ ਜਾਂਦੇ ਮਾਣ ਬਹੁਤਾ ਦੌਲ ਇੱਕ ਇੱਕ ਨੰਬਰ ਕਹਿੰਦੇ ਬਹੁਤ ਕੀਮਤੀ ਹੈ ਖੇਡ ਮੈਦਾਨ ਦੇ ਵਿੱਚ, ਇੱਕ ਇੱਕ ਨੰਬਰ ਕੀਮਤੀ ਹੈ। ਅਗਲੇ ਸਰਵੇ ਤੂਫਾਨ ਨੇ ਫੇਰ ਕਰਤੀ ਹੈ, ਓਏ ਬੋਲੀ ਕਮਾਲ ਕਰ ਗਿਆ ਹੈ, ਸਾਡਾ ਚੇਂਜ ਹੈ, ਸਾਡਾ ਚੇਂਜ 17 ਦੀ ਹੈ। ਕੋਰੀਅਰ ਚੱਲਣ ਦੇ ਮੈਚ ਤਾਂ ਆ ਜਾਂਦਾ ਰੂਪ ਮੈਚ ਵੱਜ ਤੇ ਲੋਕ ਪੁੱਛ ਲਓ, ਮਾਨ ਖੜਾ ਖੰਜਰ ਵਾਲੀ ਨਾਮ ਤੋਂ ਪੁੱਛ ਲਓ, ਕਿਉਂ ਮਾਨ ਜੀ ਦੱਸੋ ਜੀ, ਮਰ ਜਾਣਾ ਮਗਰੋਂ ਜਾਂਦਾ ਹੀ ਰਹੇ ਵਰਿੰਦਰ, ਵਧੀਆ ਵਧੀਆ ਵੀਰੇ, ਮਰਿਆਂ ਦੇ ਮਗਰੋਂ ਲੋਕੀ ਪਾਉਂਦੇ ਆ ਚੱਲੋ ਬਾਈ, ਸਾਰੇ ਭਰਾਵਾਂ ਦਾ ਧੰਨਵਾਦ। ਵਰਿੰਦਰ ਉਪਲਾ 10 ਹੋ ਗਏ, 10 7 10 7 ਲਾਲੀ ਰੰਧਾਵਾ ਵਧੀਆ ਵੀਰੇ, ਪਤਨਾ ਜਦ ਫਰਜ ਪਸਾਣੇ ਧੀ ਵੀ ਜਦ ਲੈ ਗਏ ਥਾਣੇ, ਬਾਪੂ ਫਿਰ ਮੰਨ ਕੇ ਭਾਣੇ, ਅੱਖਾਂ ਨੂੰ ਭਰ ਜਾਂਦਾ ਏ ਉਹਦੇ ਬੰਦਾ ਲੋਕੋ, ਜਿਉਂਦੇ ਜੀ ਵੀ ਮਰ ਜਾਂਦਾ ਏ ਲਾਲੀ ਰੰਧਾਵਾ ਵਧੀਆ ਵਧੀਆ ਵੀਰੇ, ਵਰਿੰਦਰ ਬਲਜਿੰਦਰ ਵਧੀਆ ਵਧੀਆ ਵੀਰੇ, ਲਾਲੀ ਰੰਧਾਵਾ ਬਹੁਤ ਬਹੁਤ ਧੰਨਵਾਦ ਲਾਲੀ, ਥੈਂਕ ਯੂ ਥੈਂਕ ਯੂ। 7 ਗਿੱਲ ਤੇ ਫਰੋਸ਼ਾ ਵੀ ਦੇ ਖਿਡਾਰੀ ਬੇਨਾ ਤੀਵੀਆਂ ਦੇ ਯਾਰ ਤੇ ਇਹਨਾਂ ਦੇ ਟਾਮੇ ਟਾਮੇ ਵਸਦੇ ਮੁਕਾਬਲਾ ਬਹੁਤ ਸੋਹਣਾ ਹੈ, ਬਰਾਬਰ ਦੀ ਟੱਕਰ ਜਿਹੜੀ ਖੇਡੀ ਆ ਰਹੀ ਹੈ, ਹੁਣ ਸਪਰੇ ਜਸਵੀਰ ਕੋਲੇ ਜੀ ਪਹੁੰਚੀ ਕਰੋ ਨਾਮਾ ਜੀ, ਹਾਂਜੀ ਹਾਂਜੀ ਵੀਰੇ, ਅਜੇ ਸਾਹੂ ਬਲਜਿੰਦਰ ਬਹੁਤ ਧੰਨਵਾਦ ਜੀ, ਖਿੱਚਿਓ ਕੰਮ ਨੂੰ ਮੜਾ ਗਰਾਂ ਕਰੋ ਸ਼ੇਰ ਮੜਾ ਜਿਹਾ ਖਿੱਚ ਕੇ ਸਾਰੇ ਜਾਣੇ, ਬਲਜਿੰਦਰ ਜਤਿੰਦਰ ਗੱਲ ਨਹੀਂ ਬਾਹਲਾ ਤਾਂ ਨਹੀਂ ਗਾ ਜਤਿੰਦਰ ਬਾਈ, ਥੋੜ੍ਹਾ ਜਿਹਾ ਹੈਗਾ, ਜ਼ਿਆਦਾ ਨਹੀਂ, ਨੈਟਵਰਕ ਦਾ ਇਸ਼ੂ ਜ਼ਿਆਦਾ ਨਹੀਂ ਗਾ, ਮਾੜਾ ਜਿਹਾ ਬਸ, ਇੱਕ ਅੱਧੀ ਵਾਰੀ ਸਟਾਈਲ ਵੱਜਿਆ ਕੋਈ ਉਵੇਂ ਨਹੀਂ, ਰੇਂਜ ਘੱਟ ਜਾਂਦੀ ਫਿਰ ਅੱਪ ਹੋ ਜਾਂਦੀ ਹੈਗੀ। ਪ੍ਰਦੀਪ ਵਧੀਆ ਵਧੀਆ, ਪ੍ਰਦੀਪ ਸਹੀ ਹੈ ਫਿਰ ਵੀ 92% ਸਹੀ ਹੈ, 94% ਸਹੀ ਹੈ, ਕਿਉਂਕਿ ਇੱਕ ਅੱਧੇ ਰਿਸਟ ਮਾੜਾ ਮੋਟਾ ਵੱਜ ਹੀ ਜਾਂਦਾ ਗਾ ਇੰਨਾ ਕੁ ਤਾਂ। ਰਾਹੁਲ ਕੰਬੋਜ ਵਧੀਆ ਵਧੀਆ ਵੀਰੇ, ਵਧੀਆ ਵਧੀਆ ਰਾਹੁਲ, ਖੇਡ ਮੈਦਾਨ ਦੇ ਵਿੱਚ ਵਾਲੀਬਾਲ ਦਾ ਪਤੂਨ ਜਿਹਦੇ ਸਿਰ ਚੜਿਆ, ਮੱਖਣ ਡੱਡਾ ਵਧੀਆ ਵਧੀਆ, ਮੱਖਣ ਗੈਰੀ ਬਰਗਾੜੀ ਵਧੀਆ ਵਧੀਆ ਵੀਰੇ, ਬਲਕੀਤ ਬਰੋਕ ਵਧੀਆ ਵਧੀਆ, ਬਲਕੀਤ ਹਰਪ੍ਰੀਤ ਸਾਡੀ ਬਈ, ਓਕੇ ਓਕੇ ਹਰਪ੍ਰੀਤ, ਕਰੋੜ ਕਰੋੜ ਵਧਾਈਆਂ ਹਰਪ੍ਰੀਤ, ਦੁਨੀਆਂ ਚੜ੍ਹਾਉਂਦੀ ਹੈ ਲੱਗਦੀ ਨੀ ਮੈਨੂੰ ਫਿਰ ਉਦੋਂ ਖੈਰ ਬਈ, ਸਾਡੇ ਬਰਾੜਾ ਜਦੋਂ ਬੰਦਾ ਪੈਰ ਗਈ ਲੱਗਦੀ ਨੀ ਉਦੋਂ ਮੈਨੂੰ ਖੈਰ ਬਈ,
ਹਾਂਜੀ ਪ੍ਰਦੀਪ ਨਵੀਂ ਗੱਲ ਵਧੀਆ ਵਧੀਆ ਨਵੀਂ ਖਿੱਚਿਓ ਕੰਮ ਨੂੰ ਕਰੀ ਚਲੋ ਕਰਾ ਸ਼ੇਰ ਸਾਰਿਆਂ ਨੇ ਖਿੱਚ ਕੇ ਬਲਜਿੰਦਰ ਵਧੀਆ ਵਧੀਆ ਬਾਈ ਕੁਰੀਅਰ ਨੰਬਰ ਪੁਆਇੰਟ ਜਸ਼ਨ ਜਸ਼ਨ 11-7 ਸੋਨੀ ਭੈਣੀ ਬਾਈਆ ਨਵੇਂ ਸਾਲ ਦੀਆਂ ਸੋਨੀ ਮੁਬਾਰਕਾਂ ਵੀਰੇ ਬਹੁਤ ਬਹੁਤ ਸੋਨੀ ਭੈਣੀ ਬਾਈਆ ਮੁਬਾਰਕਾਂ ਜੀ ਤੁਹਾਨੂੰ ਵੀ ਬਹੁਤ ਬਹੁਤ 11-7 11-7 ਬਿਕਰਮਜੀਤ ਗੱਲ ਜਸਪਾਲ ਬੰਗਰ ਬਿਲੇਟਡ ਹੈਪੀ ਬਰਥਡੇ ਬਿਕਰਮਜੀਤ ਛੋਟੇ ਵੀਰ ਮੁਬਾਰਕਾਂ ਤੇਰੀ ਪੋਸਟ ਰਹਿ ਗਈ ਯਾਰ ਵਿਕਰਮ ਉਹਦੇ ਲਈ ਸੋਰੀ ਵੀਰੇ ਜਗਮੀਤ ਸਿੱਧੂ ਸਪਾਲ ਬੰਗਰ ਰਾਹੁਲ ਗੁਜਰਵਾਲ ਵਧੀਆ ਵਧੀਆ ਬਾਈ ਸਪਾਲ ਬੰਗਰ ਵਾਲੇ ਜੱਟ ਵੀ ਲਾਈਵ ਆ ਉਧਰ ਭਰਾ ਆਪਣੇ ਜਤਿੰਦਰ ਹੋਰੀ ਵਿਕਰਮਜੀਤ ਹੋਰੀ ਵਰਿੰਦਰ ਨੰਡਾ ਓਕੇ ਓਕੇ ਵਰਿੰਦਰ ਹੁਣ ਦੇਖਾਂਗੇ ਗੱਲ ਕਿਹੋ ਜੀ ਬਣਨੀ ਹੈ ਖੇਡ ਮੈਦਾਨ ਦੇ ਵਿੱਚ ਪਿੰਦਰਾ ਪੱਪੇ ਪਵਾਉਣੇ ਪੈਣੇ ਹੈ ਫੇਰ ਕਿਤੇ ਜਾ ਕੇ ਗੱਲ ਟਿਕਾਣੇ ਲੱਗਣੀ ਹੈ ਵਿਕਰਮਜੀਤ ਹਾਂਜੀ ਹਾਂਜੀ ਵੀਰੇ ਬੜੇ ਫਿਰਦੇ ਜੰਮਣ ਇਹਨੇ ਮਾਣਕ ਤੇ ਬਲਜਿੰਦਰ ਵਧੀਆ ਵਧੀਆ ਵੀਰੇ ਸਾਥੀ ਵਿੱਚ ਮਿਲਦੀ ਦਲੇਰੀ ਸੋਨੀ ਮੰਡ ਵਧੀਆ ਵਧੀਆ ਵੀਰੇ ਸੋਨੀ ਪਿੰਡੇ ਸੋਹਣਿਆ ਮਣੀ ਸਿਵੀਆਂ ਸੱਤਿਆ ਵਿਰੋਈ ਖੇਡਦੇ ਹੈ ਅਭੀ ਨੌ ਹੋ ਗਿਆ ਜਸ਼ਨ 8-11 ਤਿੰਨ ਨੰਬਰਾਂ ਦਾ ਫਰਕ ਹੈ ਓਕੇ ਓਕੇ ਵਰਿੰਦਰ ਨੰਡਾ ਬਹੁਤ ਧੰਨਵਾਦ ਸਾਰਿਆਂ ਦਾ ਥੈਂਕ ਯੂ ਹਲੇ ਨੀ ਪਤਾ ਵੀ ਜਿੱਤਣਾ ਕਿਵੇਂ ਹੈ ਇਹ ਤੇ ਵਾਹਿਗੁਰੂ ਹੀ ਆਉਂਦਾ ਹੈ ਮੈਚ ਬਹੁਤ ਤਕੜਾ ਖੇਡ ਮੈਦਾਨ ਦੇ ਵਿੱਚ ਪਰ ਇੱਧਰ ਸੱਤਾ ਤੇ ਸਥਾਨ ਹਾਰ ਕੇ ਵੀ ਜਿਹੜਾ ਬੰਦਾ ਜਿੱਤਦਾ ਸਵਾਦ ਲਵੇ ਹਰ ਰੋਲ ਤੇ ਸੋਲ ਕਹਿੰਦੇ ਟੌਪ ਦਾ ਖਿਡਾਰੀ ਹੈ ਕੰਮ ਚੋਂ ਦਿਮਾਗ ਰਾਹੀਂ ਦਿਲ ਵਿੱਚ ਉਤਰੇ ਜੋ ਜੰਗ ਢਿੱਲੋ ਉਹੀ ਗੀਤਕਾਰੀ ਹੈ ਉਹ ਮਿਲਦੇ ਨੀ ਹੱਕ ਕਦੇ ਕਲਮਾਂ ਦੇ ਮਾਲਕਾਂ ਨੂੰ ਗਾਉਣ ਵਾਲੇ ਕਰਦੇ ਕਮਾਈ ਹੁੰਦੇ ਹੈ ਬਾਰਵੇਂ ਤੋਂ ਲੈ ਕੇ ਉੱਨੀਵੇਂ ਦਾ ਅੱਧ ਹਾਲ ਜ਼ਿੰਦਗੀ ਦੇ ਸਾਂਭਣ ਵਾਲੇ ਢਾਈ ਹੁੰਦੇ ਹੈ ਬਾਰਵੇਂ ਤੋਂ ਲੈ ਕੇ ਉੱਨੀਵੇਂ ਦਾ ਅੱਧ ਹਾਲ ਜ਼ਿੰਦਗੀ ਦੇ ਸਾਂਭਣ ਵਾਲੇ ਢਾਈ ਹੁੰਦੇ ਹੈ ਅੰਮ੍ਰਿਤ ਸਰਨ ਕਾਂਗਰ ਕੀਰਤ ਕੰਗ ਨਹੀਂ ਨਹੀਂ ਆਇਆ ਸਿੱਧੂ ਨਹੀਂ ਆਇਆ ਬਾਈ ਦੇਖ ਰਹੀ ਹੈ ਨੱਤਦੀ ਤੱਪਦੀ ਜਵਾਨੀ ਮੈਚ ਕਹਿੰਦੇ ਬਹੁਤ ਤਕੜਾ ਖੇਡ ਮੈਦਾਨ ਦੇ ਵਿੱਚ ਸ਼ਬਾਸ਼ ਪ੍ਰਿਆ ਹਰ ਬੱਲੇ ਵਾਲੇ ਤੇ ਨੰਬਰ ਲੈਣਾ ਬਹੁਤ ਔਖਾ ਯਾਰ ਲਾਉਣ ਦੇ ਬਰਾਬਰ ਹੈ ਬੱਲੇ ਦੇ ਗੋਪੇ ਤੇ ਨੰਬਰ ਲੈਣਾ ਇਹ ਵੀ ਗੱਲ ਕਹਿੰਦੇ ਪੱਕੀ ਹੈ ਗੱਲਾਂ ਬਹੁਤ ਤਕੜਾ ਖੇਡਿਆ ਜਾ ਰਿਹਾ ਹੈ ਟੱਕਰ ਬੜੀ ਤਕੜੀ ਹੈ ਤਿੰਨ ਟੀਮਾਂ ਦੇ ਦਰਮਿਆਨ ਓਏ ਬਾਣੀਆਂ ਓ ਬਾਣੀਆਂ ਵਾਧਾ ਹੋ ਗਿਆ ਅਮਨ ਅਰੋੜਾ ਵਧੀਆ ਵਧੀਆ ਵੀਰੇ ਸਾਡੀ ਚੁਗਲ ਚੰਦਾ ਹੋ ਗਿਆ ਹੋ ਨਵੀਂ ਪੀੜ੍ਹੀ ਮੈਚ ਸੀ ਮੋਬਾਈਲ ਨੇ ਗੰਦ ਵਿਹੜੇ ਚ ਨੀ ਮਿੱਤਰਾ ਦਿਮਾਗ ਚ
ਅਰਸ਼ਦੀਪ ਬਰਾੜ ਹਾਂਜੀ ਹਾਂਜੀ ਵੀਰੇ, ਸੁੱਖੂ ਵਰਗੇ ਨਹੀਂ ਆਏ ਬਾਈ, ਸੁੱਖੂ ਵਰਗੇ ਨਹੀਂ ਆਏ, ਨਹੀਂ ਆਏ ਬਾਈ, ਸ਼ੇਅਰ ਕਰੀ ਚਲੋ ਭਰਾ ਆਪਣੇ ਵੱਧ ਤੋਂ ਵੱਧ ਖਿੱਚ ਕੇ, ਮਾਸੀ ਕਦੇ ਮਾਂ ਨਾ ਬਣੇ, ਹੋ ਚਾਚੇ ਤੇ ਪਿਓ ਨੀ ਕਦੇ ਲੱਭਦਾ, ਤੇ ਮਾਸੀ ਕਦੇ ਮਾਂ ਨਾ ਬਣੇ, ਹੋ ਸੀਨੀਆ ਮਾਮਾ ਦੇ ਸੇਰ ਪੁੱਤ, ਹੋ ਦਲੇਰ ਪੁੱਤ ਵਾ, ਬੱਲੇ ਵਾਲਿਆ ਨਹੀਂ ਰੇਸਾਂ ਤੇਰੀਆਂ, ਘਰ ਘਰ ਟੱਪ ਜਾਂਦੇ, ਪਰ ਬੱਲੇ ਦਾ ਗੁੱਟਾ ਨੀ ਕਿਸੇ ਨੇ ਬਣ ਜਾਣਾ, ਓਏ ਸ਼ਿਵਾਜ ਪ੍ਰਿਆ ਖਾਨ ਤੇ ਬੜਾ ਟੱਟ ਹੈ, ਉੱਧਰ ਸਾਡੇ ਇੰਦਰਜੀਤ ਦੀ ਢਾਲੀਵਾਲ ਸਰਪੰਚ ਵਰਗੇ, ਰਾਜ ਦੇ ਪਿੱਪਲ ਵਰਗੇ, ਹੋਰ ਜਸਿੰਦਰ ਵਰਗੇ ਖੰਜਰਵਾਲ ਬਣ ਗਿਆ, ਅਮਨ ਅਰੋੜਾ ਵਧੀਆ ਵਧੀਆ, ਅਮਨ ਲਵਲੀ ਕੰਬੋਜ, ਚੱਪਲੇ ਨੂੰ ਬਲ ਪੈ ਗਿਆ, ਮੇਰੇ ਤੰਗ ਨਾ ਲਵੇ ਕਿਹਾ ਜਾਵੇ, ਚੱਪਲੇ ਨੂੰ ਬਲ ਪੈ ਗਿਆ, ਹੋਰ ਬੱਲੋ ਵਾਲਿਆ ਜਦੋਂ ਸੱਤ ਵਾਲੀ ਖੁੰਝ ਗਈ ਤੇ ਰਸ ਵਾਲੀ ਬਹੁਤ ਲੇਟ ਆਉਣੀ ਹੈ, ਹੋਰ ਲਾਲਾ ਜ਼ੋਰ ਲੱਗਦਾ ਨਹੀਂ ਤੇ ਫੈਨ ਕਮਾਲ ਹੋ ਜਾਣੀ ਹੈ, ਫਿਰ ਮੈਦਾਨ ਦੇ ਵਿੱਚ ਹੋਰ ਕਮਾਲਾਂ ਹੋ ਜਾਣੀਆਂ, ਕਾਲਾ ਤੇ ਕਹਿੰਦੇ ਬਹੁਤ ਤਕੜਾ ਹੈ, ਦੁਨੀਆਂ ਜੁੜੀ ਹੋਈ ਹੈ, ਬਲਜਿੰਦਰ ਹਾਂਜੀ ਹਾਂਜੀ ਵੀਰੇ ਬਹੁਤ ਧੰਨਵਾਦ, ਨਵੇਂ ਸਾਲ ਦੀਆਂ ਮੁਬਾਰਕਾਂ ਸਾਰੇ ਭਰਾਵਾਂ ਨੂੰ, ਮੁਬਾਰਕਾਂ ਨਵੇਂ ਸਾਲ ਦੀਆਂ, ਪੁਆਇੰਟ ਕੈਰ ਵਰਦੇ ਪੁਆਇੰਟ 14-8 14-8 14-8 48 ਬੰਦਨ ਮੱਖਣ ਫੇਰ ਬੱਲੇ ਬੱਲੇ ਹੁੰਦੀ ਹੈ, ਬੱਲੇ ਬੱਲੇ ਹੋਈ ਪਈ ਹੈ, ਫਿਰ ਮੈਦਾਨ ਦੇ ਵਿੱਚ ਬਹੁਤ ਤਕੜਾ ਮੈਚ ਹੈ, ਕਾਲਾ ਜੀ 14 ਨੰਬਰ ਹੋ ਗਏ ਹੈ, ਬਹੁਤ ਵਧੀਆ ਮੈਚ, ਤੇ ਵਾਸੀਆਂ ਵਾਲਾ ਮਣੀ ਵੀ ਕਹਿੰਦੇ ਜੁੰਡੂ ਦਾ ਯਾਰ ਹੈ, ਖੰਜਰ ਵਾਲੀਏ ਕਾਲੇ ਦਾ, ਭੇਜਾ ਮੁੰਡਿਆ ਇੰਦਰਾ ਬਾਲ ਫੜੀ ਜੀ, ਕੋਈ ਟੱਪਾ ਟੁੱਪਾ ਪੈਣਾ ਚਾਹੀਦਾ, ਗੱਲ ਫੇਰ ਟਿਕਾਣੀ ਲੱਗਣੀ ਹੈ, ਉਹ ਗੱਲ ਤੇ ਫੇਰ ਟਿਕਾਣੀ ਲੱਗਣੀ ਹੈ, ਇੱਕੋ ਰੱਸੇ ਬੰਨੀਆਂ ਨਾ ਯਾਨ ਯਾਰੀਆਂ, ਕਈ ਵਾਰੀ ਆਪਣੇ ਵੀ ਕਰ ਜਾਂਦੇ ਮਾੜੀਆਂ, ਰਕੇਸ਼ ਨੋਨੂ ਵਧੀਆ ਵਧੀਆ ਵੀਰੇ, ਬੰਦਰ ਮੱਕੜ ਟੋਨਾ ਗੱਲ ਵਧੀਆ ਵਧੀਆ ਟੋਨੇ, ਫਿਰੋਜ਼ਾ ਬੀ ਦਾ ਅਗਲਾ ਮੈਚ ਸੁਪਰ ਮੈਚ ਹੈ ਪੂਰਾ, ਗੱਲ ਤੇ ਫਿਰੋਜ਼ਾ ਬੀ ਡਾਂਗ ਪੂਰੀ ਕੜਕਣੀ ਹੈ, ਕਿੰਦਾ ਚੰਦਵਾਦ ਅਗਲੇ ਮੈਚ ਖੇਡੂ, ਫਿਰੋਜ਼ਾ ਬੀ ਗਿੱਲਾਂ ਚ ਖੇਡਣਾ, ਅੱਗ ਦੀ ਮੱਚ ਦੀ ਮੱਚ ਦੀ ਲਾਟ ਰਣਜੀਤ ਜਨੇਤਪੁਰੇ ਨੇ, ਨਹੀਂ ਨਹੀਂ ਵੀਰੇ ਚੁੱਕਣ ਵਾਲੇ ਨਹੀਂ ਆਏ, ਧੱਕਾ ਕਰਦਾ ਸਾਡਾ ਚੱਲਦਾ ਏ ਧੱਕਾ, ਅਸੀਂ ਤਾਂ ਕਰਦੇ ਸਾਡਾ ਚੱਲਦਾ ਏ ਧੱਕਾ, ਹਲੇ ਗੱਲ ਨਹੀਂ ਬਣੀ, ਗੱਲ ਬਣਾਉਣੀ ਪੈਣੀ ਹੈ, ਜ਼ੋਰ ਤੇ ਜਵਾਨੀ ਹੁੰਦੀ ਉਮਰਾਂ ਦਾ ਖੇਲ ਗਏ, ਇਹਦੇ ਵਿੱਚ ਹੁੰਦਾ ਯਾਰੋ ਸੰਨਾ ਵਾਲਾ ਭੇੜ ਗਈ, ਜ਼ੋਰ ਤੇ ਜਵਾਨੀ ਹੁੰਦੀ ਉਮਰਾਂ ਦਾ ਖੇਲ ਗਈ, ਜ਼ੋਰ ਤੇ ਜਵਾਨੀ ਦੀ ਗੱਲ ਹੈ, ਮੁਕਾਬਲਾ ਕਹਿੰਦੇ ਬਹੁਤ ਤਕੜਾ ਹੈ, ਉਧਰੋਂ ਧੁੱਕੀ ਗੱਡੀ ਆਉਂਦਾ, ਇਧਰ ਬੱਲੋ ਵਾਲਾ ਜੱਟ ਮਸਲਾ ਜਿੱਤ ਦਾ ਬਣ ਗਿਆ, ਬੱਲੋ ਵਾਲਾ ਮਸਲਾ ਪਿੰਡ ਦਾ ਬਣ ਗਿਆ, ਬੱਲਾ ਦੋ ਲਾ ਦੇ, ਕਾਲਾ ਤਕੜਾ
ਮੁੰਡੇ ਪੱਤੇ ਨੇ ਬਠਿੰਡੇ ਵਾਲੇ ਪਿੰਡ ਦੇ ਤੇ ਸਿਰਾਂ ਨਾਲ ਨਵਾਉਂਦੇ ਜਾ ਰਹੀਆਂ ਮੁੰਡੇ ਪੱਤੇ ਨੇ ਬਠਿੰਡੇ ਵਾਲੇ ਪਿੰਡ ਦੇ ਕਰਨਾ ਕਦੇ ਜਾਣਦਾ ਰਹਿ ਪਰ ਪਛਾਣ ਅੱਜ ਬਾਹਲਾ ਫਿੱਟ ਹੈ ਇੱਧਰ ਫਾਉਲ ਤੇ ਸਫਲਤਾ ਖੰਜਰਵਾਲ ਦੇ ਖਾਤੇ ਗਰਮਨ ਵਧੀਆ ਵਧੀਆ ਵੀਰੇ ਜੱਸੀ ਭੁੱਲਰ ਵਧੀਆ ਵਧੀਆ ਜੱਸੀ ਕੋਈ ਨੀ ਕੋਈ ਨੀ ਨਾਮੇ ਪਿਆਰ ਦੇ ਨਾਲ ਨਹੀਂ ਆਈ ਨਹੀਂ ਆਈ ਵੀਰੇ ਜੱਸੀ ਲੱਗਿਆ ਪਾਣੀ ਪਿਆ ਨਾ ਮੈਨੂੰ ਓਏ ਖੰਜਰ ਵਾਲੀਆ ਪਿੰਦਰ ਪੁਆਇੰਟ ਹੈ ਤਕੜਾ ਜੋੜ ਗਿਆ ਦੁਨੀਆ ਫੈਨ ਹੈ ਇਹ ਖਿਡਾਰੀ ਹੈ ਜਿਹਨੇ ਬਾਲੀਵਾਲ ਦਾ ਇਤਿਹਾਸ ਬਦਲਾ ਕੇ ਰੱਖ ਓਕੇ ਓਕੇ ਹਰਪ੍ਰੀਤ ਬਾਲੀਵਾਲ ਦਾ ਇਤਿਹਾਸ ਹਰਪ੍ਰੀਤ ਓਕੇ ਓਕੇ ਇਹ ਵੀ ਬਹੁਤ ਵੱਡੀ ਗੱਲ ਹੈ ਜੋ ਜੋ ਬਾਲੀਵਾਲ ਨੇ ਤਰੱਕੀ ਕਰਨੀ ਹੈ ਤੇ ਗੱਲਾਂ ਹੋਈਆਂ ਵੀ ਬਾਲੀਵਾਲ ਦਾ ਇਤਿਹਾਸ ਕਿਹਨੇ ਬਦਲਿਆ ਤੇ ਪਿੰਦਰ ਦਾ ਨਾਂ ਆਉਣਾ ਜਿਲ੍ਹੇ ਲੁਧਿਆਣੇ ਦੀਆਂ ਗੱਲਾਂ ਹੋਣਗੀਆਂ ਇੱਥੇ ਪਹਿਲਾ ਮੋਟਰਸਾਈਕਲ ਕਿਹਨੇ ਜਿੱਤਿਆ ਪਿੰਦਰ ਦਾ ਨਾਮ ਆਉਣਾ ਉੱਥੇ ਮੈਦਾਨ ਦੇ ਵਿੱਚ ਆਪਾਂ ਦੇਖਦੇ ਹਾਂ ਦੁਨੀਆਂ ਦਾ ਵੱਡਾ ਮੰਨ ਲੈ ਜੱਟਾਂ ਦੇ ਮੱਟੀ ਤੋਂ ਬਾਅਦ ਜੇ ਕੋਈ ਖਿਡਾਰੀ ਤਕੜਾ ਨਿਟਮੈਨ ਉੱਠਿਆ ਹੈ ਉਹ ਬੱਲੇ ਬੱਲੋ ਵਾਲਿਆ ਪਿੰਦਰ ਉਹ ਮੈਨੂੰ ਮਾਇਆ ਦੇਖਣ ਦੇ ਮੈਨੂੰ ਢੋਲਾ ਦੇਖਣ ਦੇ ਮੈਨੂੰ ਦੱਸ ਜਸਨ ਦਸ ਤੇ ਚੌਦਾਂ ਚਾਰ ਪੁਆਇੰਟਾਂ ਦਾ ਫਰਕ ਬਾਕੀ 10-14 ਦਸ ਚੌਦਾਂ ਗੋਪਾ ਮਾਨ ਬੱਲੋ ਵਾਲਾ ਚੇ 14 ਦਾ ਫੇਰ ਚੇਂਜ ਕੇਸ਼ ਕੰਬੋਜ ਵਧੀਆ ਜੀ ਵਧੀਆ ਤੁਣਕੇ ਤੁਣਕੇ ਦੇ ਨਾਲ ਗੁੱਡੀ ਚੜ ਰਹੀ ਹੈ ਨੰਬਰ 14 ਤੇ 10 ਹੋ ਗਏ ਇੱਕ ਗੱਲ ਪੱਕੀ ਹੈ ਵੀ ਜੇ ਖੰਜਰ ਵਾਲੀਏ 11ਵਾਂ ਲਾ ਗਏ ਸਹੀ ਗੱਲ ਹੈ ਫਿਰ ਮੈਚ ਦਾ ਕੁਝ ਹੋਰ ਹੀ ਬਣ ਜਾਣਾ ਹੈ ਜੇ ਨੰਬਰ 11ਵਾਂ ਲਾ ਗਏ ਜੇ 15ਵਾਂ ਕੈਲ ਪੁਰੀਆਂ ਨੇ ਲਾਤਾ ਹੈ ਫਿਰ ਜਿੱਤ ਇੱਧਰ ਵੀ ਯਕੀਨੀ ਬਣ ਜਾਣੀ ਹੈ ਇਹ ਤੇ ਵਾਹਿਗੁਰੂ ਜਾਣਦਾ ਹੈ ਹਰਦਮ ਜਿੱਤਣ ਜਿੱਤਣ ਕਰਦਾ ਹੈ ਉਹ ਕਦੇ ਹਾਰ ਵੀ ਮੰਨ ਓਏ ਬੁੱਗੀ ਪੰਦਰਾਂ ਤੇ ਹਾਰਨ ਦਾ ਮਨ ਹੀਰਾ ਜਿੱਤਣ ਦਾ ਦਸ ਹੈ ਮੇਰੇ ਖਿਆਲ ਚ ਨੰਬਰ 15-10 ਦੋ ਮਿੰਟ ਬਾਕੀ ਮੈਚ ਦੇ ਕਹਿੰਦੇ ਪੰਜ ਨੰਬਰ ਆਉਂਦਾ ਹੈ ਬੱਲੇ ਵਾਲਾ ਫੇਰ ਸੈਂਟਰ ਦੇ ਵਿੱਚ ਆ ਗਿਆ ਪਹਿਲਾ ਸੈਮੀ ਕਿਹੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਕੀ ਮਰੇ ਬੱਲੇ ਵਾਲਾ ਵੀ ਕੀ ਕਰੇ ਉਹ 15-10 ਦੀ ਟੱਕਰ ਫਿਰ ਤੋਂ ਬਾਅਦ ਗਿੱਲ ਤੇ ਫਰੋਸ਼ਾ ਬੀ ਵਾਲੇ ਮੁੰਡੇ ਵੀ ਆਪਣੀ ਤਿਆਰੀ ਰੱਖਣਗੇ ਗਿੱਲ ਤੇ ਫਰੋਸ਼ਾ ਬੀ ਦੀਆਂ ਟੀਮਾਂ ਇੱਥੇ ਰੱਖ ਉਹ ਬੱਲੇ ਆਹ ਮੰਨਾ ਕਿਆ ਵਾਲ ਮਾਰੀ ਆ ਯਾਰ ਬੰਦੇ ਨੇ ਸਿਰਾ ਹੀ ਲਾਦਾ ਉਹ ਨਹੀਂ ਨਾ ਮੈਂ ਨਹੀਂ ਬੱਥੋ ਬਹੁਤ ਦੂਰ ਆ ਵਾਲ ਨਾ ਮੈਂ ਕਹਿੰਦਾ ਵੀ 100 ਲੱਗੇ ਕਿਹੜੇ ਬਾਬੇ ਦੀ ਪੁੱਛ ਲਈ ਉਹ ਬੱਲੇ ਮੰਨਾ ਕਿਆ ਬਾਤ ਆ ਯਾਰ ਬੱਲੋ ਵਾਲਾ ਪੱਟੀ ਤੋੜ ਗਿਆ ਕੀ ਆ ਕਹਿੰਦਾ ਮੁੰਡਾ ਕੋਈ ਪਤਾ ਨੀ ਕੀ ਬਣਨਾ ਅਜੇ ਵੀ ਮੈਚ ਦੋਵੇਂ ਟੀਮਾਂ ਬਹੁਤ ਤਗੜਾ ਖੇਡੀਆਂ ਕੈਰਪੁਰ ਤੇ ਖੰਜਰਵਾਲ 11-15 ਕਲਾ 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 ਖੰਜਰ ਵਾਲੀਏ
ਕੋਪਾ ਮਾਨ ਉਧਰ ਕੈਲਬਰੀਏ ਸੱਤੇ ਹੋਰੀ ਬਾਣੀਆਂ ਕਹਿੰਦਾ ਮੈਂ ਨੀ ਜਿੱਤਣਾ ਅੱਜ ਕਹਿੰਦਾ ਬਾਣੀਆਂ ਲਓ ਜੀ ਸਰਵ ਚੇਂਜ ਆ ਪਤਾ ਕੋਈ ਨੀ ਮੈਚ ਦਾ ਕੀ ਬਣਨਾ ਕੋਈ ਪਤਾ ਨੀ ਮੈਚ ਦਾ ਕੀ ਬਣਨਾ ਚੋਕੰਬੋਜ ਸਮੀਤ ਭੁੱਲਰ ਉਧਰ ਕੈਲਬਰੀਏ ਐਨ ਸਿਰਾ ਕਰਾਈ ਜਾਂਦੇ ਉਧਰੋਂ ਕੈਲਬਰ ਵਾਲੇ ਅਗਲੇ ਸਰਵੇ ਮੁੰਡੇ ਨੇ ਫੇਰ ਕਰ ਦਿੱਤੀ ਹੈ ਉਧਰ 15-11 ਵੀਰ ਸਿੰਘ ਜੰਪੀ ਵੀ ਆਇਆ ਹੋਇਆ ਜਿਹੜਾ ਮੋਟਰਸਾਈਕਲ ਵੀ ਜਿੱਤਿਆ ਮਰੀ ਬੱਲੋ ਯਾਰ ਗੱਲਾਂ ਵੱਡੀਆਂ ਹੁੰਦੀਆਂ ਤੇ ਬਾਲਟੀਆਂ ਤਿੰਨ ਚਾਰ ਜੰਪੀ ਜੁੰਮੇ ਹੋ ਗਈਆਂ ਬੱਲੋਲਾ ਖੜਾ ਮੁੱਢਿਆ ਮੈਦਾਨ ਦੇ ਇਧਰ ਖੰਜਰਵਾਲ ਕਿੰਨੇ ਪੁਆਇੰਟ ਲੱਗਿਆ 11-15 ਚੇਂਜ ਹੈ ਸ਼ਾਲੂ ਨਹੀਂ ਆਇਆ ਬਾਈ 11-15 ਨੰਬਰ ਹੀ ਹੈ 11-15 ਦੀ ਗੇਮ ਪਹਿਲਾ ਸੇਮੀ ਮਣੀ ਸਿਵੀਆਂ ਬਿਲਕੁਲ ਬਿਲਕੁਲ ਮਣੀ ਸਿਵੀਆਂ ਨੋ ਡਾਊਟ ਅਬਾਊਟ ਇਟ ਗੋਪਾ ਮਾਨ ਇਜ਼ ਲੈਸਨ ਉਹ ਬੱਲੇ ਮਨ ਬਲਦੀਪ ਬਿਲਕੁਲ ਬਲਦੀਪ ਸਿੱਧੂ ਧਰਮਪ੍ਰੀਤ ਚੰਦ ਬੱਜਲ ਆਇਆ ਵੀਰੇ ਕਿੰਦਾ ਆਇਆ ਫਿਰੋਜ਼ਾ ਬੀਚ ਹੈ 12-15 ਤਿੰਨ ਪੁਆਇੰਟਾਂ ਦਾ ਫਰਕ ਬਾਕੀ 12-15 ਇੱਕ ਦੋ ਮਿੰਟ ਹੋਰ ਲਾਗੇ ਦਾ ਵਕਤ ਪੈ ਜਾਣਾ ਉਧਰ ਕੈਲਬਰੀਆਂ ਨੂੰ 12-15 ਜੁੜ ਜੁੜ ਖੜ ਲੱਗੇ ਉਧਰ ਸਹੀ ਗੱਲ ਆ ਯਾਰ ਸਿਰਾ ਮੈਚ 12-15 ਦੀ ਟੱਕਰ ਹੈ ਥੋੜਾ ਥੋੜਾ ਸੁਣਾ ਜ਼ਰੂਰ ਚਾਹੀਦਾ ਕੋਈ ਦੁੱਖ ਹੋਵੇ ਦੱਸਣਾ ਜ਼ਰੂਰ ਚਾਹੀਦਾ ਉਹ ਕਿਤੇ ਤੰਗ ਸੁਣਾਉਣੀ ਰਹਿੰਦੇ ਤੇ ਲੋਕੀ ਭੜੇ ਸੱਤ ਕਰਦੇ ਤੇਰਾ ਕੁੱਤਿਆਂ ਬੰਦਾ ਦਾ ਹਾਸਾ ਇਹ ਸਦਾ ਨਹੀਂ ਹੈ ਰਹਿਣਾ ਮਿੱਤਰਾ ਚੋਕੰਬੋਜ ਕੀ ਪੁੱਛਿਆ ਵੀਰੇ ਦੁਬਾਰੇ ਪੁੱਛੀ ਸਿੱਧੂ ਸਲੇਮਸ਼ਾਹ ਨਹੀਂ ਆਇਆ ਵੀਰੇ ਰਾਜਪਾਲ ਬਾਗੜੀਆ ਨਹੀਂ ਆਏ ਬਾਈ ਤੂਫਾਨ
ਬਾਗੜੀ ਨਹੀਂ ਨਹੀਂ ਆਇਆ ਬਾਈ, ਨਹੀਂ ਆਏ ਨਾਮ ਹੈ ਮੁੰਡੇ ਦਾ, ਪਰ ਦੁਨੀਆ ਕਹਿੰਦੇ ਪਛਾਣ ਪਛਾਣ ਕਹਿੰਦੀ ਹੈ। ਸਵਰਗਵਾਸੀ ਨਰਿੰਦਰ ਸਿੰਘ ਨਿੰਦੀ ਦੀ ਯਾਦ ਨੂੰ ਸਮਰਪਿਤ ਟੌਪ ਦਾ ਟੂਰਨਾਮੈਂਟ ਕਰਾਤਾ ਭਰਾਵਾਂ ਨੇ। ਇਨਵਾਲ ਇਨਵਾਲ ਵਾਹ ਓਏ ਗੋਪਿਆ, 12-15 ਫੇਰ ਚੇਂਜ, 12-15 ਸਰਵਿਸ ਖੰਜਰਵਾਲ ਦੀ। ਰਣਜੀਤ ਦਾ ਅਗਲਾ ਮੈਚ ਹੈ ਵੀਰੇ, ਰਣਜੀਤ ਹੋਰਾਂ ਦਾ। ਗੁਰਮੀਤ ਕਿੰਗਰਾ ਵਧੀਆ, ਗੁਰਮੀਤ ਕੱਟ ਮਾਰਦਾ ਪੰਦਰਾਂ ਬਾਰਾਂ ਸਰਵਿਸ ਫੇਰ ਕੈਲਪਰ ਦੀ, ਚਾਲੂ ਕਰਕੇ ਨਹੀਂ ਆਏ ਬਾਈ। ਕੋਵਲ ਸਿੱਧੂ ਵਧੀਆ ਵਧੀਆ, ਕੋਵਲ ਤਰਵਿੰਦਰ ਵਧੀਆ ਵਧੀਆ, ਤਰਵਿੰਦਰ ਹਰਪ੍ਰੀਤ ਹੈਰੀ ਵਧੀਆ ਵਧੀਆ, ਹਰਪ੍ਰੀਤ ਟਿਕਾਣੇ ਲਾ ਦੇਣੀਆਂ ਖੰਜਰ ਵਾਲੀਆਂ ਨੇ, ਇਹ ਗੱਲ ਪੱਕੀ ਹੈ ਨਾ ਮਿਆਂ, ਹੋ ਗਈ ਗੱਲ ਟਿਕਾਣੇ ਲੱਗ ਜਾਣੀ ਹੈ। ਬਹੁਤ ਵਧੀਆ ਮੈਚ ਖੇਡ ਮੈਦਾਨ ਦੇ ਵਿੱਚ, ਕਰੀ ਕਦੇ ਮੇਲ ਮੌਲਾ ਦਿੱਲੀ ਤੇ ਲਾਹੌਰ ਦਾ, ਕਰੀ ਕਦੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ, ਦਿੱਲੀ ਤੇ ਲਾਹੌਰ ਵਰਗਾ ਮੇਲ, ਬੜੀ ਪਾਵਨ ਤੇ ਪਵਿੱਤਰ ਧਰਤੀ ਅੱਜ ਤੇ ਸੋਹਣੀ ਦੀ ਬੱਲੇ ਬੱਲੇ ਹੋਈ ਬਈ। ਥੈਂਕ ਯੂ ਮਹਿਤਾਬੁਲ ਰੇਹੜੀ, ਦਕਸ਼ਿਤ ਮਹਿਤਾ, ਬਹੁਤ ਧੰਨਵਾਦ ਜੀ। ਬੋਲੇ ਹੋਏ ਭਾਰ ਦਾ, ਓ ਹੋ ਬੱਲੇ ਬੱਲੇ ਭਜਾ ਕੇ ਗੇਮ ਬਣਾ ਬਈ, ਉਧਰੋਂ ਮੈਨੂੰ ਲੱਗਦਾ ਕੈਰਬਰ ਦਾ ਅਗਲਾ ਮੈਚ ਗੈਲ ਵਰਸ ਹੈਗਾ, ਅਗਲਾ ਮੈਚ ਫਿਰੋਜ਼ਸ਼ਾਹ ਬੀ, ਗੇਮ ਪੁਆਇੰਟ ਹੈ ਕੈਲਪਰੀਆਂ ਦਾ। ਮੈਚ ਅਗਲਾ ਵੀ ਬਹੁਤ ਤਕੜਾ ਲੱਗਣਾ, ਉਸ ਤੋਂ ਬਾਅਦ ਫਾਈਨਲ ਦੀਆਂ ਗੱਲਾਂ ਬਾਤਾਂ ਹੋਣਗੀਆਂ। ਲਲਕਾਰੇ ਮਾਰਦਾ ਕਲਿਆ, ਕੈਲਪਰੀਆ ਨਾਮਾ ਤੇ ਬੜੇ ਲਲਕਾਰੇ ਮਾਰਦਾ ਹੈ,
ਲਲਕਾਰੇ ਭੱਜਣੀ ਵੀ ਹੈ। ਚੇਂਜ ਐਵਰੇ ਜਸਪ੍ਰੀਤ ਮਾਨ ਮੰਨ ਗਿਆ ਬੰਦਾ ਕਹਿੰਦਾ ਵੀ ਗਲਤੀ ਹੋ ਗਈ, ਇਹਦਾ ਗਲਤੀ ਮੰਨ ਗਏ ਤੇ ਉਹ ਵੀ ਗੱਲ ਵਧੀਆ ਹੁੰਦੀ ਹੈ। ਮੰਨੀ ਆ ਬੰਦੇ ਨੇ ਵੀ ਗਲਤੀ ਹੋ ਗਈ, ਨਹੀਂ ਪਤਾ ਲੱਗਿਆ ਨਾ ਨਹੀਂ ਮੰਨ ਗਿਆ ਕੋਈ ਗੱਲ ਨੀ ਜੀ ਯਾਰ ਭੋਲਾ ਵਧੀਆ ਵਧੀਆ ਵੀਰੇ 12-16 ਨਾਮ ਹੈ ਮੁੰਡੇ ਦਾ ਪਰ ਕਾਲਾ ਕਾਲਾ ਕਹਿੰਦੇ ਆ ਇਹ ਦੂਤਰਾ ਇਹ ਨਾ ਕਦੇ ਗਰਾਊਂਡ ਕਹਿਣ ਗੱਲ ਟਿਕਾਣੇ ਲੱਗ ਜੇ ਕਾਲੇ ਦੇ ਥਾਂ ਤੇ। ਧਰਮ ਕਬੱਡੀ ਵਧੀਆ ਸੀ ਵੀਰੇ। ਅਗਲਾ ਮੈਚ ਪੜਾਕਾ ਕਾਲੇ ਦਾ ਵੀ ਫੇਰ ਪੈਣਾ ਇਹ ਗੱਲ ਪੱਕੀ ਹੈ ਵੀਰੇ। ਲਾਈਵ ਥੋੜਾ ਜਿਹਾ ਕੱਟ ਕੇ ਕਰਾਂਗੇ ਇਹ ਮੈਚ ਤੋਂ ਬਾਅਦ। ਓਕੇ ਰਿਪੋਰਟਾਂ ਇੱਕ ਸੈਮੀ ਤੇ ਇੱਕ ਫਾਈਨਲ ਇਹ ਮੈਚ ਤੋਂ ਬਾਅਦ ਲਾਈਵ ਕੱਟ ਕੇ ਕਰਾਂਗੇ। ਬਣੇ ਰਹੋ ਲਾਈਵ ਨਾਲ, ਬਹੁਤ ਧੰਨਵਾਦ ਸਾਰਿਆਂ ਦਾ, ਥੈਂਕ ਯੂ। ਇੱਧਰ 12 ਉੱਧਰ 16 ਬੱਲੇ ਜੈਪਾਲ ਸ਼ਰਮਾ ਵਧੀਆ ਵਧੀਆ ਜੈਪਾਲ ਵਧੀਆ ਵਧੀਆ ਵੀਰੇ। ਇੱਥੇ ਰੱਖ ਉਹ ਕਾਲਿਆ ਸੱਤਾ ਟਿੱਕਰਾ ਕਰਦਾ ਕੱਲੇ ਦਾ ਗਾਲਾ ਮੋੜਦਾ, ਇਹਦਾ ਤੂੰ ਹੁਣ ਕੁਝ ਕਰਨਾ ਪੈਣਾ। ਉਹ ਮੁੰਡਾ ਗਾਲਾ ਕੱਲੇ ਨਾ ਮੋੜਦਾ। ਹਾਂਜੀ ਹਾਂਜੀ ਵੀਰੇ, ਰਾਮ ਰਾਮ ਜੀ। ਜੈਕ ਆਊਟ ਆ ਜੀ ਸਰਵਿਸ ਕੈਲਬਰੀਆਂ ਦੀ। ਬਿੰਟੂ ਕੁਮਾਰ ਵਧੀਆ ਵਧੀਆ ਬਿੰਟੂ। 16-12 ਗੇਮ ਪੁਆਇੰਟ ਉਧਰੋਂ ਕੈਲਬਰ ਦਾ। ਲਾਈਵ ਬਸ ਇੱਕ ਮਿੰਟ ਬਾਅਦ ਹੀ ਚਲਾ ਦੇਣਾ ਆਪਾਂ ਵੀਰੇ, ਕੱਟ ਕੇ ਮੈਚ ਤੋਂ ਬਾਅਦ। ਸੈਕਿੰਡ ਸੈਮੀ ਮੈਚ ਇਸ ਤੋਂ ਬਾਅਦ। 16-12 ਖੰਜਰ ਵਾਲੀਆ ਪਿੰਦਰ ਫੇਰ ਚੇਂਜ ਆ ਜੇ ਨੀ 12-16 ਫੇਰ ਚੇਂਜ ਗੱਗੂ ਇੱਧਰ 12 ਉੱਧਰ 16 12 ਖੰਜਰਾਲ ਦੇ ਉੱਧਰ ਗੇਮ ਪੁਆਇੰਟ ਕੈਲਬਰ ਦਾ ਪਹਿਲਾ ਸੈਮੀ। ਓਏ ਕਾਲੇ ਨੇ ਆਵਾਜ਼ ਪਹਿਲਾਂ ਹੀ ਦੇ ਦਿੱਤੀ ਸੀ ਨਾ, ਆਵਾਜ਼ ਦੇ ਦਿੱਤੀ ਕਾਲੇ ਨੇ ਪਹਿਲਾਂ। ਇੱਥੋਂ ਸਾਰਾ ਕੁਛ ਕੀਤੀ ਜਦੋਂ ਉਹਦੇ ਬੋਲ ਗਿਆ ਸੀ ਬੰਦਾ ਕਾਲਾ ਬਰਾੜ। ਹਾਂਜੀ ਹਾਂਜੀ ਵੀਰੇ, 16-12 ਸਰਵਿਸ ਕੈਲਬਰੀਆਂ ਦੀ। ਕੈਲਬਰੀਏ ਐਨ ਇੱਕ ਕਦਮ ਦੂਰ ਆ ਜਿੱਤ ਤੋਂ। ਕੈਲਬਰੀਏ ਫਾਈਨਲ ਚ ਪਹੁੰਚਣ ਲਈ ਅਗਲਾ ਮੈਚ ਵੀ ਰਣਜੀਤ ਨੇ ਖੇਡਣਾ ਗਿੱਲਾਂ ਚ, ਫਿਰੋਜ਼ਸ਼ਾਹ ਬੀ ਨਾਲ ਟੱਕਰ ਹੈ। ਉਹ ਮੈਚ ਵੀ ਬਹੁਤ ਤਕੜਾ ਲੱਗਣਾ। ਐਂਡ ਜੇਤੂ ਆ ਜੀ ਕੈਲਬਰੀਏ ਫਾਈਨਲ, ਦੋਵੇਂ ਟੀਮਾਂ ਬਹੁਤ ਸੋਹਣਾ ਖੇਡੀਆਂ। ਕੈਲਬਰ ਨੂੰ ਮੁਬਾਰਕਾਂ, ਸਾਰੀ ਟੀਮ ਨੂੰ, ਕੈਲਬਰੀਆਂ ਨੂੰ। ਫਾਈਨਲ ਜਾ ਜੀ ਟੀਮ ਲਾਈਵ ਕੱਟ ਕੇ ਚਲਾਉਣ ਲੱਗੇ ਆ ਜੀ, ਬਣੇ ਰਹੋ ਲਾਈਵ ਨਾਲ। ਥੈਂਕ ਯੂ ਸੋ ਮਚ ਬਾਈ।